ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਹੰਗਮਾਰਾ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ ਮੇਰੇ ਪਿਆਰੇ ਸਤਕਾਰ ਜੋ ਵੀਰੋ ਤੇ ਪੈਰੋ ਯਦੋਂ ਵੀ YouTube ਅਸੀਂ ਖੋਲਨੇ ਆ ਕੋਈ 60 70 ਬਹੁਤ ਪਿਆਰੇ ਸਿੱਖ ਪੰਤੇ ਵੀਰ ਤੇ ਪੈਣਾ ਬੜੇ ਪਿਆਰੇ ਪਿਆਰੇ ਆਵਾਜ਼ ਵਿੱਚ ਮਿੱਠੀ ਆਵਾਜ਼ ਵਿੱਚ ਉਕਾਰ ਦੇ ਨੇ ਅਰਜਾਂ ਕਰਦੇ ਨੇ ਬੇਨਤੀਆਂ ਕਰਦੇ ਨੇ ਢੋਲਕੀਆਂ ਸਹਨੇ ਬਾਜੇ ਸਰੰਗੇ ਵਜਾਂਦੇ ਨੇ ਪਰ ਵੀਰੋ ਸੱਚ ਜਾਣਨ ਦਾ ਪ੍ਰਯਾਸ ਕਰੋ ਕਿਉਂਕਿ ਅਗਰ ਸੱਚ ਤੇ ਸੱਚ ਕੋ ਕਿਆ ਆਹ ਜਾਏਗੀ ਆਪ ਆਪਣਾ ਟੈਲੀਫੋਨ ਨੰਬਰ ਦਿਓ ਤਾਂ ਕਿ ਸਮਾਂ ਐਸਾ ਆ ਗਿਆ ਹੈ ਕਿ ਆਪਸ ਵਿੱਚ ਵਿਚਾਰ ਵਟਾਂਦਰਾ ਕਰ ਸਕੀਏ ਜੇ ਤੁਸੀਂ ਖੋਜ ਵਾਸਤੇ ਲੱਗੇ ਹੋ ਤਾਂ ਬੜੀ ਅੱਛੀ ਗੱਲ ਹੈ खोजे सिक खोजे शब्द सिख मेरा महाराज ने लिखाया है जो प्रभ को मेलोच है खोज शब्द में लिखाया है गुरु गोबिंद सिंह ने कहा तन भाग पे आए संभल के हर हर मंदिर आएंगे ये क्लियर किया गुरु ग्रंथ साहब दसवें ग्रंथ से दिखा जो निज मंत्र तजो सब जंतर सो बैठ कांत और ये भी क्या ਕਿ ਮੈਂ 250 ਸਾਲ ਬਾਅਦ ਆਵਾਂਗਾ ਨਾਲ ਪੁਰਖ ਕਾਲ ਨੂੰ ਲੈ ਕੇ ਆਵਾਂਗਾ ਫਿਰ ਸ਼ੱਕ ਕਿੱਧਰ ਪੈ ਰਿਹਾ ਹੈ ਸਤਿਗੁਰੂ ਕਦੇ ਨਹੀਂ ਕਰਦਾ ਧੋਖਾ ਉਹ ਤਾਂ ਸੱਚ ਸੱਚ ਹੀ ਬੋਲਦਾ ਹੈ ਵੀਰੋ ਅੱਜ ਵੀ ਇੱਕ ਵੀਰ ਨੇ ਬੜੇ ਪਿਆਰੇ ਸੁਨ ਕਲਗੀਆਂ ਵਾਲਿਆ ਬੜਾ ਪਿਆਰਾ ਬਣਾਇਆ ਸੁਨ ਕਲਗੀਆਂ ਵਾਲੇ ਦਾਤੇ ਹੱਥ ਜੋੜੇ ਅਰਜ ਗੁਜਾਰਾ ਕੋਈ ਆਪਣੇ ਵਰਗਾ ਭੇਜ ਦੇ ਤੇਰੀ ਕੌਮ ਖੇਡਣ ਗਈ ਸਾਰੀ ਬੜੀ ਪਿਆਰੀ ਆਵਾਜ਼ ਬੜੀਆਂ ਸੰਗੀਤਾਂ ਨੇ ਔਰ ਇਸ ਆਵਾਜ਼ ਦੇ ਵਿੱਚ ਕੂਕ ਹੋ ਰਹੀ ਹੈ ਫਰਿਆਦ ਹੋ ਰਹੀ ਹੈ ਰੱਬ ਦੇ ਅੱਗੇ ਲੇਕਿਨ ਵੀਰੋ ਇਹਦੇ ਮਹਾਰਾਜੀ 1950 ਵਿੱਚ ਆ ਕੇ ਡੰਕ ਮਾਰਾ ਦਿੱਤਾ ਕਿ ਮੈਂ ਮਾਤਰੋਗ ਬਚਾ ਆ ਗਿਆ ਨਾਲ ਲਿਆਇਆ ਪੁਰਖਾ ਕਾਲ ਕੱਲਾ ਨਹੀਂ ਆਇਆ ਉਸਨੇ ਆਕੇ ਅਨੰਦਪੁਰ ਨੂੰ ਸ਼ਬਦ ਭੇਜਿਆ ਅੰਮ੍ਰਿਤਸਰ ਨੂੰ ਸ਼ਬਦ ਭੇਜਿਆ ਗ੍ਰੀਨ ਹਾਲ ਗੁਰਦੁਆਰੇ ਵਿੱਚ ਸ਼ਬਦ ਭੇਜਿਆ ਪਤਾ ਨਹੀਂ ਕਿਤਨਾ ਕਿ ਕੋਈ तकरीबन 7-800 ਪੱਤਰ ਭੇਜੇ ਉਸਨੇ ਕਲਗੀ ਨਹੀਂ ਪੰਜ ਮੁਖੀ ਤਾਜ ਲਗਾਇਆ ਔਰ ਦਿੱਲੀ ਦੇ ਵਿੱਚ ਚਾਰ ਵਰਲਡ ਸਮੈਲਨਾ ਵਿੱਚ ਇਹ ਕਿਹਾ ਜਿਸ ਨੂੰ ਆਜੂਗਾਰ ਲੋੜ ਰਿਹਾ ਸੰਸਾਰ ਤੁਹਾਡੇ ਸਾਹਮਣੇ ਪਰ ਤੱਕ ਨਜ਼ਰੀ ਆਈ ਆ ਵੀਰੋ ਕਿਤੇ ਉਹ ਜੋਗੀ ਹਰਿ ਭਜਨ ਸਿੰਘ ਅਮਰੀਕਾ ਵਾਲੇ ਔਰ ਜਿੰਨੇ ਵੀ ਸੰਤ ਮਹਾਤਮਾ ਸਨ ਉਹ ਹਿੰਦੁਸਤਾਨ ਦੇ ਚਾਰ ਰਾਸ਼ਟਰਪਤੀਆਂ ਨੂੰ ਦੱਸਿਆ ਹਿੰਦੁਸਤਾਨ ਦੇ ਹੋਮ ਮਿਨਿਸਟਰ ਪ੍ਰਾਈਮ ਮਿਨਿਸਟਰ ਚੀਫ ਜਸਟਿਸ ਆਫ ਇੰਡੀਆ ਵਰਲਡ ਦੇ ਹਰ ਇੱਕ ਕੰਟਰੀ ਨੂੰ ਦੱਸਿਆ ਤੇ ਅੱਜ ਵੀ ਵੀਰ ਇਹ ਸ਼ਬਦ ਪੜ ਰਹੇ ਨੇ ਕੋਈ ਆਪਣੇ ਵਰਗਾ ਭੇਜਦੇ ਆਪਣੇ ਵਰਗਾ ਨਹੀਂ ਉਹ ਆਪ ਆ ਗਿਆ ਪਰ ਉਹਨੂੰ ਕਾਲਪੁਰ ਪ੍ਰਮਾਤਮਾ ਨੇ ਕਿਹਾ ਗੋਵਿੰਦ ਜਿਹੜੀ ਤੂੰ ਸਿੱਖੀ ਬਣਾਈ ਮੀਨੇ ਬਸਾਕ ਕਾਲ ਯੁਗ ਦਾ ਅੰਤਮ ਹੋ ਗਈ ਗੁਸਤਾਕ ਸਿੰਘ ਸਿੰਘਾਂ ਨਾਲ ਰੋਜ਼ ਕੰਨ ਲੜਾਈ ਆ ਗੁਰੂ ਗੋਬਿੰਦ ਸਿੰਘ ਵੀ ਕਹਿੰਦਾ ਹੈ ਕਿ ਜਿਹੜੀ ਮੈਂ ਸਿੱਖੀ ਬਣਾਈ ਸੀ ਮੈਂ ਪਿਤਾ ਵਾਰਿਆ ਪੁੱਤਰ ਵਾਰਿਆ ਵਾਰਿਆ ਸਭ ਪਰਿਵਾਰ ਸਿੱਖ ਰਤੀ ਮੁੱਲ ਨਾ ਪਾਇਆ ਉਹ ਮੈਨੂੰ ਕਹਿੰਦੇ ਬੱਕਰੇ ਵੱਡੇ ਮੈਂ ਆਪਣੇ ਬੱਚੇ ਨੀਹਾਂ ਵਿੱਚ ਦਵਾਏ ਕਿਉਂ ਵੇਜਵਾਨਿਆਂ ਉੱਤੇ ਕਰੇ ਬਾਤ ਮਤਲਵਾਰੀ ਮੈਂ ਅੰਚੂ ਬਾਹਰ ਨਹੀਂ ਕਰਦੀ ਪ੍ਰੇਮ ਰਤ ਨਾਲ ਦਿੱਤੀ ਰੰਗਾਈ ਆ ਇਸ ਗੱਲ ਦਾ ਪਾਈਆਂ ਨੇ ਪਾਇਆ ਖੜਕਾ ਅਗੇ ਕਿਸੇ ਨੇ ਪਲਟਿਆ ਪਤਰਾ ਪੰਥ ਕਾਲਸਾ ਹੋ ਗਿਆ ਜੱਲਾ ਸਮਝ ਕਿਸੇ ਨੇ ਆਈ ਵੀਰੋ ਉਹਨੀ ਤਰਫ ਤੇ ਕੋਈ ਕਸ ਨਹੀਂ ਰੱਖੀ ਐ ਅੱਜ ਵੀ ਅਗਰ ਉਹਨੂੰ ਮਿਲਣਾ ਚਾਹੁੰਦੇ ਹੋ ਉਹਨੂੰ ਉਹਦੇ ਹੁਕਮ ਤੇ ਫਰਮਾਨ ਤੇ ਚੱਲਣਾ ਜਾਂਦੇ ਹੋ ਗੋਬਿੰਦ ਸਿੱਖਾਂ ਦਾ ਨਹੀਂ ਸਾਰੀ ਸ੍ਰਿਸ਼ਟੀ ਦਾ ਬਣ ਕੇ ਆ ਗਿਆ ਗੁਰੂ ਅਵਤਾਰ ਪੈਗੰਬਰ ਸਹਿਬਾਨ ਸੱਚਖੰਡ ਚੋਂ ਖੱਤਿਆਂ ਦੇ ਮਾਲਕ ਬਣ ਕੇ ਆਏ ਪਰ ਉਹ ਗੋਵਿੰਦ ਪੂਰੀ ਦੁਨੀਆ ਦਾ ਨੌ ਅਖੰਡ ਸਤਾਂਦੀਪਾਂ ਦਾ ਬਣ ਕੇ ਆ ਗਿਆ ਉਸ ਨੇ ਆ ਕੇ ਸੱਤ ਰੰਗ ਦਾ ਨਿਸ਼ਾਨ ਸਾਹਿਬ ਚਲਾ ਦਿੱਤਾ ਸਤਾਂਦੀਪਾਂ ਦਾ ਔਰ ਸਾਰੀ ਦੁਨੀਆ ਨੂੰ ਇੱਕ ਨਾਮ ਦੇ ਦਿੱਤਾ ਜਿਹੜਾ ਕਾਲਪੁਰ ਪ੍ਰਮਾਤਮਾ ਦਾ ਸਤ ਨਾਮ ਵਾਹਿਗੁਰੂ ਸੀਤਾਰਾਮ ਅੱਲਾਹ ਹੋ ਇਹ ਪਹਿਲੇ ਨਾਮ ਸਨ ਲੇਕਿਨ ਹੁਣ ਉਹ ਨਾਂਣ ਗਏ ਪਰਮਾਤਮਾ ਦਾ ਨਾਮ ਬਖਸ਼ਿਸ਼ ਕਰ ਦਿੱਤਾ ਸੋਹੰਗ ਮਹਾਰਾਜ ਸਿੰਘ ਬਿਸ਼ਨੋ ਭਗਵਾਨ ਦੀ ਜੈ ਉਹ ਉਸਨੇ ਆ ਕੇ ਸਭ ਚੇਂਜ ਕਰ ਦਿੱਤਾ ਸਤਜੁਗ ਦਾ ਕਾਲਜੁਗ ਦੀ ਜਨ ਪਟਕੇ ਸਤਜੁਗ ਲਾ ਦਿੱਤਾ ਪਹਿਲੀ ਚੇਤਨ 1962 ਨੂੰ ਸਤਜੁਗ ਦਾ ਵਿਦਾਨ ਬਖਸ਼ਿਸ਼ ਕਰ ਦਿੱਤਾ ਵਿਆਹ ਸ਼ਾਦੀਆਂ ਅੰਤਮ ਸਮਾ ਖਾਨ ਪੀਣ ਹਰ ਇੱਕ ਚੀਜ਼ ਚੇਂਜ ਕਰ ਦਿੱਤੀ ਫਿਰ ਵੀ ਅਸੀਂ ਪੁਕਾਰ ਰਹੇ ਹਾਂ ਅਸੀਂ ਹਨੇਰੇ ਵਿੱਚ ਟੱਕਰ ਮਾਰ ਰਹੇ ਹਾਂ ਆਓ ਬਾਹਰ ਦੇਖੋ वीरो आ गया आ चुका है उसने डैंक बजा देता उसने आ गए बख्शिश कर देते चौबी ग्रंथ एक ग्रंथ गुरु ग्रंथ साहब को तकरीबन पांच गुणा बड़ा है पिछले उसने चार युगर नहीं नौ सौ चौनवे चौकड़ी युग का हाल लिखा देता उसने पिछले युग के भी नाल लाया जिन्हें भी भगत सन सतयुग तेता द्वापर दी राम दे कृष्ण दे और गुरु साहबाना दे टाइम पर ਉਸ ਨਾਲ ਜਿਹੜੇ ਸਰਸਾ ਜੜਾਏ ਸਾਰੇ ਲੈ ਆਇਆ ਜਿਹੜੇ ਚਮਕੌਰ ਚ ਘਟਾਇ ਸਾਰੇ ਲੈ ਆਇਆ ਪੰਜ ਪਿਆਰੇ ਲੈ ਗਾਇਆ ਲਖਾਰੀ ਲੈ ਗਾਇਆ ਉਹ ਦਰਬਾਰੀ ਲੈ ਗਾਇਆ ਉਹ ਵੀਰੋ ਉਹ ਸਾਰਿਆਂ ਨੂੰ ਨਾਲ ਲੈ ਗਾਇਆ ਹੁਣ ਉਹ ਪ੍ਰਮਾਤਮਾ ਦੇ ਘਰੋਂ ਲਾੜਾ ਬਣ ਕੇ ਆਇਆ ਨਾਲ ਸਾਰਿਆਂ ਦੇ ਬਰਾਦ ਲੈ ਗਾਇਆ ਫਿਰ ਵੀ YouTube ਦੇ ਉੱਪਰ ਬਹੁਤ ਸਾਰੇ ਸਿੱਖ ਵੀਰ ਰੋਜ਼ ਬੇਨਤੀਆਂ ਅਰਜਾਂ ਫਰਿਆਦ ਕਰ ਰਹੇ ਕਿਧੇ ਅੱਗੇ ਕਰ ਰਹੇ ਹੋ ਉਹ ਭਰਾਵਾ ਹੁਣ ਉਹ ਆਇਆ ਬਣ ਕੇ ਜਿਹੜਾ ਕਿ ਗੁਰੂ ਆਵਤਾਰਾਂ ਪਗੰਬਰਾਂ ਨੂੰ ਭੇਜਦਾ ਹ ਜਿੰਨੇ ਆਣ ਕੇ ਵਿਸ਼ਨੂੰ ਬ੍ਰਹਮਾ ਇੰਦਰ ਸ਼ਿਵ ਜੀ ਸਾਰੇ ਬਦਲੀ ਕਰ ਦਿੱਤੇ ਉਹ ਜਾਗੋ ਭਾਈ ਗੁਰੂ ਤੇਗ ਬਹਾਦਰ ਬਲਮਾ ਦੀ ਬਦਵੀਂ ਉੱਪਰ ਬੈਠ ਗਿਆ ਹੈ ਜੋਰਾਵੰਦ ਤੇ ਫਤਿਹ ਸਿੰਘ ਜਿਹੜੇ ਨੀਹਾਂ ਚ ਨਾਏ ਇਹ ਕੇਂਦਰ ਦੇ ਕਿਸੇ ਜੀ ਹੈ ਉਹ ਭਰਾਵਾ ਹੁਣ ਉਹਨੇ ਸਭ ਕੁਝ ਚੇਂਜ ਕਰ ਦਿੱਤਾ ਫਿਰ ਕਿਉਂ ਨਹੀਂ ਅੱਗੇ ਵਧਦੇ ਉਹ ਤੁਸੀਂ ਆਪਣਾ YouTube ਤੇ ਖੋਲੋ ਜਿਹੜਾ ਦੱਸਦੇ ਹੋ ਵੈਬਸਾਈਟ ਖੋਲੋ neklangharshabad.com ਆਪ ਜੀ ਨੂੰ ਉਹ ਆਇਆ ਸਾਰੇ ਉਸ ਦੇ ਫੋਟੋ ਸਰੂਪ ਵੀ ਮਿਲਣਗੇ ਫਿਰ 24 ਗ੍ਰੰਥ ਵੀ ਮਿਲਣਗੇ ਪੰਪਲਟ ਵੀ ਮਿਲਣਗੇ ਸ਼ਬਦ ਵੀ ਮਿਲਣਗੇ ਕਿਹ ਚੀਜ਼ ਦੀ ਕਮੀ ਨਹੀਂ ਹੈ ਕਿਉਂ ਢੋਲਕੀਆਂ ਬਾਜੇ ਸੈਣਾ ਹੀ ਕੁੱਟੀ ਜਾ ਰਹੇ ਹੋ ਖੋਜ ਕਰੋ ਉਹ ਆ ਚੁੱਕਾ ਹੈ ਵੀਰੋ ਆ ਚੁੱਕਾ ਹੈ ਆ ਚੁੱਕਾ ਹੈ ਅਗਰ ਚਾਹੀਦੀਆਂ ਨੇ ਤੇ ਜਾਣ ਸਾਡੇ ਨਾਲ ਵੀ ਕੋਈ ਦਾਸ ਨਾਲ ਗੱਲਬਾਤ ਕਰੋ ਹਰ ਵਾਰਹੀਂ ਕਹਿੰਨੇ ਆ ਸਾਡਾ ਨੰਬਰ ਹੈ 9419727313 ਅੱਜ ਤਾਂ YouTube ਦੇ ਉੱਪਰ ਮਹਾਰਾਜ ਦੀ ਬੜੀ ਬਾਣੀ ਆ ਰਹੀ ਹੈ ਬੜੇ ਬੀਰ ਗੁਰਸਿੱਖ ਸਾਰੇ ਹੀ ਪਾ ਰਹੇ ਨੇ ਉਹ ਕਿਸੇ ਨਾਲ ਤੇ ਕੰਟੈਕਟ ਕਰੋ ਉਹ ਮਾਲਕ ਸੰਸਾਰ ਦਾ ਆਇਆ ਹੈ ਉਸਨੇ ਆਗੇ ਸਭ ਕੁਝ ਬਦਲ ਕਰ ਦਿੱਤਾ ਹੈ ਇਸ ਕਰਕੇ ਬੇਲਾ ਜਾਗਣ ਦਾ ਜਾਗੋ 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 ਬਾਬਾ ਬੁੱਢਾ ਜੀ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਅੱਗੇ ਬੇਨਤੀ ਕੀਤੀ ਕਿ ਸਾਰਾ ਸੰਸਾਰ ਕਦੋਂ ਉਸ ਅਕਾਲ ਪੁਰਖ ਪ੍ਰਮਾਤਮਾ 'ਗੇ ਮੰਨੇਗਾ ਗੁਰੂ ਅਰਜਨ ਦੇਵ ਜੀ ਨੇ ਫਰਮਾਇਆ ਜਦੋਂ ਸਾਰਾ ਸੰਸਾਰ ਸਰਗੁਣ ਦੀ ਪੂਜਾ ਛੱਡ ਕੇ ਨਿਰਗੁਣ ਦੀ ਕਰੇਗਾ ਉਦੋਂ ਸਾਰਾ ਸੰਸਾਰ ਇੱਕ ਹੋ ਜਾਏਗਾ ਇੱਕ ਨੋਜ ਵਿੱਚ ਜਵਾਬ ਦੇ ਦਿੱਤਾ ਵੀਰੋ ਅਸੀਂ ਸਰਗੁਣ ਦੀਆਂ ਪੂਜਾ ਕਰ ਰਹੇ ਆ ਨਿਰਗੁਣ ਨੂੰ ਨਹੀਂ ਜਾਣਦੇ ਜਿੱਤਨੇ ਵੀ ਗੁਰੂ ਅਵਤਾਰ ਪਗੰਬਰ ਸਹਿਬਾਨ ਆਏ ਨੇ ਸਾਰੇ ਸਰਗੁਣ ਨੇ ਸਾਰੇ ਪ੍ਰਮਾਤਮਾ ਦੇ ਮਜ਼ਦੂਰ ਨੇ ਇਹਨਾਂ ਸਾਰਿਆਂ ਦੀ ਪ੍ਰਮਾਤਮਾ ਨੇ ਤਰਤੀ ਦੀ ਫਰਿਆਦ ਸੁਣ ਕੇ ਸਾਰਿਆਂ ਦਾ ਜਲਾਸ ਬੁਲਾਇਆ ਸਾਰਿਆਂ ਨੇ ਪੁੱਛਿਆ ਦੱਸੋ ਤੁਸੀਂ ਕੀ ਕਰਕੇ ਆਏ ਹੋ ਉਹ ਕਹਿੰਦੇ ਮਾਲਕ ਇਸ ਸੰਸਾਰ ਨਹੀਂ ਮੰਨ ਰਿਹਾ ਇਹ ਨਿਰਗੁਣ ਦੀ ਪੂਜਾ ਨਹੀਂ ਕਰਦੇ ਸਰਗੁਣ ਦੀ ਕਰਦੇ ਨੇ ਮੰਦਰਾ ਮਸਜਿਦਾਂ ਗੁਰਦੁਆਰੇ ਚਰਚਾਂ ਵਿੱਚ ਸਾਰੇ ਉਹਨੂੰ ਲੂਣੂ ਪ੍ਰਭੂ ਜਿਹੜਾ ਕਿ ਸਾਰਿਆਂ ਨੂੰ ਭੇਜਣ ਵਾਲਾ ਹੈ ਮਾਲਕ ਹੈ ਹੁਣ ਤੇ ਉਹ ਆਇਆ ਹੈ ਜਿਹੜਾ 994 ਚੌਕੜੀ ਯੁਗ ਬਾਦ 3976 ਯੁਗਾਂ ਵਾਲਾ ਆਇਆ ਵੀਰੋਂ ਤੋਂ ਭੈਣੋਂ ਬੜੇ ਖੁਸ਼ ਨਸੀਬ ਹੋ ਅਸੀਂ ਜਦੋਂ ਮਾਤ ਲੋਕ ਦੇ ਵਿੱਚ ਉਸਨੇ ਆ ਕੇ ਉਹ ਯੁਗ ਬਦਲੀ ਕਰਦਾ ਹੈ ਨਾਮ ਬਦਲੀ ਕਰਦਾ ਹੈ ਗੁਰੇਵਤਾਰ ਪਗੰਬਰ ਬਦਲੀ ਕਰਦਾ ਹੈ ਔਰ ਜਦੋਂ ਉਹਦਾ ਟਾਈਮ ਹੋ ਜਾਂਦਾ ਹੈ 994 4 3976 ਜੁਗਾਂ ਬਾਅਦ ਆਪ ਆਉਂਦਾ ਹੈ ਗੋਬਿੰਦ ਨੂੰ ਉਸਨੇ ਆਪਣਾ ਸੁੱਤ ਬਣਾ ਲਿਆ ਆਪਣਾ ਬੇਟਾ ਬਣਾ ਲਿਆ ਹੈ ਗੋਬਿੰਦ ਸ਼ਬਦ ਗੁਰੂ ਹੈ ਇਸ ਕਰਕੇ ਉਹ ਜਦੋਂ ਵੀ ਜਿਹੜਾ ਪ੍ਰਮਾਤਮਾ ਦਾ ਹੁਕਮ ਤੇ ਫਰਮਾਨ ਆਉਂਦਾ ਹੈ ਉਹ ਸੰਚਾਰ ਨੂੰ ਦੱਸਦਾ ਹੈ ਭਾਈ ਇਸ ਕਰਕੇ ਵੀਰ ਕਹਿ ਰਿਹਾ ਹੈ ਕੋਈ ਆਪਣੇ ਵਰਗਾ ਭੇਜ ਦੇ ਤੇਰੀ ਕੌਮ ਹੋਗੀ ਕੇਰੂ ਕੇਰੂ ਪਰ ਆਵਾਜ਼ ਸੱਚ ਹੈ ਕਿ ਅਸੀਂ ਕੌਮ ਦੇ ਕਿੰਨੇ ਗੁਰਦੁਆਰੇ ਬਣਾ ਦਿੱਤੇ ਨੇ ਅਸੀਂ ਫਟ ਗਏ ਆ ਕੋਈ ਲਵਾਨੇ ਨੇ ਕੋਈ ਪੁੰਛੀਏ ਨੇ ਕੋਈ ਨਾਮਦਾਰੀਏ ਨੇ ਕੋਈ ਜੱਟ ਨੇ ਕੋਈ ਸ਼ਿਗਲੀ ਕਰਨੇ ਕਿੰਨੇ ਗੁਰਦੁਆਰੇ ਬਣਾ ਦਿੱਤੇ ਨੇ ਆਪ ਸੱਚ ਬੋਲ ਰਹੇ ਹੋ ਵੀਰ ਜੀ ਪਰ ਉਹਦੇ ਅੱਗੇ ਬੇਨਤੀ ਕਰੋ ਉਹਨੂੰ ਪਛਾਨੋ ਭਾਈ ਉਹ ਆ ਚੁੱਕਾ ਹੈ ਗੋਬਿੰਦੇ ਆਇਆ ਨਾਲ ਲਿਆਇਆ ਹਰ ਕਰਤਾਰ ਪੰਥ ਖਾਲਸਾ ਜਾਓ ਜਾਗੋ ਫਰਕ ਰਹੇ ਨਾ ਆਈਆ ਕੋਈ ਫਰਕ ਨਹੀਂ ਜਿਸ ਨੂੰ ਤੁਸੀਂ ਭਾਲ ਰਹੇ ਉਹ ਸੀਸ ਤਾਜ ਬਠਾ ਟਿਕਾਈਆ ਭਰਾਵਾ ਇਹਨਾਂ ਲਫ਼ਜ਼ਾਂ ਨਾਲ ਦਾਸ ਕਹਿੰਦਾ ਹੈ ਉਹ ਕੋਈ ਤੇ ਗੱਲ ਕਰੋ ਵੀਰੋ ਕੋਈ ਤੇ ਜਾਗੋ 60 70 YouTube ਉਪਰ ਆਂਦੇ ਨੇ ਸਿੱਖ ਵੀਰ ਪਹਿਣਾ ਸਾਰੇ ਢੋਲੇ ਗਾਈਆ ਰਹੇ ਨੇ ਪਰ ਖੋਜਣ ਦੀ ਉਹਨੂੰ ਕੋਈ ਨਹੀਂ ਕੋਸ਼ਿਸ਼ ਕਰ ਰਿਹਾ ਕਿ ਭਾਈ ਉਹ ਆ ਗਿਆ ਹੈ ਉਹਦੀ ਇਹ ਪਛਾਣ ਹੈ ਗੱਲ ਤੇ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਕਾਰਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਣਾ ਦਿੱਤਾ ਸਤਨਾਮ ਸਤ ਕਰਤਾਰ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੁਣ ਦੋਏ ਮਿਲ ਕੇ ਆ ਗਏ ਪ੍ਰਮਾਤਮਾ ਤੇ ਗੋਬਿੰਦ ਤੇ ਉਹਨਾਂ ਨੇ ਪੂਰਾ ਨਾਮ ਦਾਸਤਾ ਸੋ ਹੰਗ ਮਹਾਰਾ ਜੀ ਸਿੰਘ ਵਿਸ਼ਨੋ ਭਗਵਾਨ ਦੀ ਜੈ